ਸਰਫਸੀ ਹਸਪਤਾਲ ਦਾ ਨਹੀਂ ਸੀ ਵੇਟ ਕਰ ਸਕਦੇ ਸਰੀ ਵਿੱਚ ਬਹੁਤ ਸਾਰੇ ਲੋਕ ਆਏ ਆ ਜਿਨ੍ਹਾਂ ਦੇ ਕੋ ਡਾਕਟਰ ਨਹੀਂ ਹਣ ਆਪਣੇ ਇੱਕ ਖੁੱਲਣ ਲੱਗਾ ਮੇਰੇ ਇਲਾਕੇ ਦੇ ਵਿੱਚ ਆਪਣੇ ਸਰੀ ਫੈਨ ਰਾਮਾ ਨਿਊਟਨ ਦੇ ਬਾਰਡਰ ਤੇ ਉੱਪਰ ਤੇ ਇਹਦਾ ਬਹੁਤ ਹੀ ਫਾਇਦਾ ਹੋਣਾ ਆ ਜਿਹੜੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਆ 68 ਦਾ ਕਿੰਗ ਜੋਚ ਦੇ ਖੁੱਲਣਾ ਆ ਸੋ ਕਿਦਾਂ ਇਹ ਚੱਲੇਗਾ ਕਿਵੇਂ ਕਲੀਨਿਕ ਦੇ ਵਿੱਚ ਪੇਸ਼ੈਂਟ ਜਾ ਸਕਦੇ ਪਰ ਜੇ ਤੁਹਾਨੂੰ ਉਠਾਣ ਲੱਗੀ ਆ ਤੁਹਾਡਾ ਮੋਢਾ ਦੁਖਦਾ ਆ ਤੁਹਾਡੇ ਗੋਡੇ ਦੁਖਦੇ ਆ ਤੁਹਾਡੀ ਆ ਢੂਈ ਦੁਖਦੀ ਤੁਹਾਨੂੰ ਫਲੂ ਜਿਆ ਹੋਇਆ ਆ ਕਈ ਹੋਰ ਪ੍ਰੋਬਲਮਸ ਹੈਗੇ ਆ ਜਿਸ ਤਰ੍ਹਾਂ ਤੁਸੀਂ ਡਾਕਟਰ ਦੇ ਜਾਂਦੇ ਆ ਉਹ ਤੁਸੀਂ ਲੈ ਕੇ ਜਾਣੇ ਆ ਇੱਥੇ ਅਰਜੈਂਟ ਕੇਅਰ ਸੈਂਟਰ ਦੇ ਵੇ ਸਰੀ ਸਕੂਲ ਡਿਸਟ੍ਰਿਕਟ ਸੁਪਰਿੰਟੈਂਡੈਂਟ ਜਾਰਡਨ ਟੈਨੀ ਨੇ ਵੀ ਵੀਡੀਓ ਵੀ ਬਣਾਇਆ ਵੀ ਸਾਰਿਆਂ ਨੂੰ ਸਮਝਾਉਣ ਨੂੰ ਵੀ ਕਿੱਦਾਂ ਸਕੂਲ ਵਾਪਸ ਜਾਣਾ ਆ ਫਿਕਲ ਤੁਜ਼ੇਕਰ ਆਫ ਵਾਇਰ ਮੀਡੀਆ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਬੀਸੀ ਦੇ ਵਿੱਚ ਅਸੀਂ ਕਰਵ ਨੂੰ ਫਲੈਟ ਕਰਨ ਦੇ ਬਹੁਤ ਨੇੜੇ ਆ ਤੇ ਹਰ ਰੋਜ਼ ਸਾਨੂੰ ਨਵੀਆਂ-ਨਵੀਆਂ ਅਪਡੇਟਸ ਜਿਹੜੀਆਂ ਨੇ ਉਹ ਸਾਨੂੰ ਨੂੰ ਮਿਲ ਰਹੀਆਂ ਨੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਤੇ ਨਾਲ ਨਾਲ ਹੁਣ ਜਿਸ ਤਰ੍ਹਾਂ ਨਾਲ ਸਰੀ ਦੇ ਵਿੱਚ ਆਬਾਦੀ ਵਧ ਰਹੀ ਹੈ ਫਾਸਟੈਸਟ ਗਰੋਇੰਗ ਕਮਿਊਨਿਟੀ ਹੈ ਸਰੀ ਬੀਸੀ ਤਾਂ ਇਹਦੇ ਵਿੱਚ ਸਾਨੂੰ ਮੈਡੀਕਲ ਦੀਆਂ ਸਹੂਲਤਾਂ ਦੀ ਲੋਡ ਦਿਨੋ-ਦਿਨ ਵਧ ਰਹੀ ਹੈ ਦੂਜਾ ਹਸਪੀਟਲ ਜਿਹੜਾ ਉਹ ਬਣਨ ਜਾ ਰਿਹਾ ਪਰ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਨਾਲ ਹੁਣ ਜਿਹੜਾ ਸਰਵੇ ਸਾਹਮਣੇ ਆਇਆ ਸੀ ਉਹਦੇ ਵਿੱਚ 90000 ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈਗੇ ਸੋ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬੀਸੀ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪ੍ਰਾਇਮਰੀ ਕੇਅਰ ਯੂਨਿਟ ਜਿਹੜਾ ਉਹ ਜਿਹੜਾ ਨਵਾਂ ਖੁੱਲ ਰਿਹਾ ਉਹਦੇ ਬਾਰੇ ਅੱਜ ਜਾਣਕਾਰੀ ਲੈਂਦੇ ਆ ਐਮ ਐਲ ਏ ਜਿਨੀਸਿੰਸ ਤੋਂ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਜਿਨੀਸਿੰਸ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਫਸਟ ਆਫ ਆਲ ਜਿਹੜੀ ਹੁਣ ਅਨਾਉਂਸਮੈਂਟ ਹੋਈ ਆ ਪ੍ਰਾਇਮਰੀ ਕੇਅਰ ਯੂਨਿਟ ਦੀ ਇਹ ਕਿੱਥੇ ਹੋਣ ਜਾ ਕਿੱਥੇ ਖੁੱਲਣ ਜਾ ਰਿਹਾ ਹੈਗਾ ਆ ਤੇ ਇਹ ਕਦੋਂ ਖੁੱਲੇਗਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੌਨ ਹੋਗਨ ਦਾ ਉਹ ਜਦੋਂ ਇਲੈਕਸ਼ਨ ਤੋਂ ਪਹਿਲਾਂ ਬਹੁਤ ਵੱਡੇ ਕਮਿਟਮੈਂਟ ਕੀਤੇ ਸੀਗੇ ਸਰੀ ਤੇ ਲੋਕਾਂ ਦੇ ਨਾਲ ਉਸ ਦਾ ਵੀ ਹੈਲਥ케ਅਰ ਦੇ ਵਿੱਚ ਇੱਥੇ ਇਨਵੈਸਟਮੈਂਟ ਹੋਊਗੀ ਕਰਕੇ ਸਾਨੂੰ ਪਤਾ ਜਿਹੜੀ ਪਹਿਲੀ ਲਿਬਰਲ ਸਰਕਾਰ ਸੀਗੀ ਉਹਨਾਂ ਨੇ ਬਹੁਤ ਹੀ ਸਰੀ ਨੂੰ ਨੈਗਲੈਕਟ ਕੀਤਾ ਸੀਗਾ ਇੱਥੇ ਨਾ ਉਹਨਾਂ ਨੇ ਸੈਕੰਡ ਹਸਪਤਾਲ ਬਣਾਇਆ ਸੀ ਕਮਿਟਮੈਂਟ ਕਰਕੇ ਵੀ ਪਰ ਇਹ ਵੀ ਸੀਗਾ ਵੀ ਉਹ ਜ਼ਮੀਨ ਵੀ ਵੇਚ ਕੇ ਚੱਲ ਗਏ ਸੀਗੇ ਉਸ ਵਕਤ ਸਾਡੀ ਕਮਿਊਨਿਟੀ ਦੇ ਵਿੱਚ ਸਾਰੇ ਸਾਰੇ ਦੇ ਵਿੱਚ ਜਦੋਂ ਮੈਂ ਸਾਡੀ ਕਹਿੰਨੀ ਸਾਰੇ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਮੰਗ ਸੀਗੀ ਵੀ ਸਾਡੀ ਹੈਲਥ케ਅਰ ਦੇ ਵਿੱਚ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਤੇ ਅਸੀਂ ਪਹਿਲਾਂ ਆ ਕੇ ਕਨਸੈਪਟ ਪਲਾਨ ਕੀਤਾ ਕਰਕੇ ਜਦੋਂ ਸਰਕਾਰ ਬਣੀ ਸੀਗੀ ਅਸੀਂ ਦੇਖਿਆ ਕਿ ਕੁਝ ਵੀ ਹੈ ਨਹੀਂ ਸੀਗਾ ਮਿਨਿਸਟਰੀ ਦੇ ਵਿੱਚ ਇੱਥੇ ਸੀਗਾ ਵੀ ਖੁਸ਼ ਇੱਥੇ ਸ਼ੁਰੂ ਹੋਣਾ ਵੀ ਹੈਗਾ ਆ ਕੋਈ ਪਲਾਨਿੰਗ ਨਹੀਂ ਸੀਗੀ ਇਸ ਕਰਕੇ ਮਿਨਿਸਟਰ ਰਿਕਸ ਦਾ ਧੰਨਵਾਦ ਉਹਨਾਂ ਨੇ ਐਕਸਪੀਡਾਈਟ ਕਰ ਦਿੱਤਾ ਕਨਸੈਪਟ ਪਲਾਨ ਫੇ ਜਮੀਨ ਦਾ ਵੀ ਹੁਣ ਟ੍ਰਾਂਸਫਰ ਹੋ ਗਿਆ ਤੇ ਲੈ ਲਈ ਆ ਤੇ ਉਹਦੇ ਥਾਂ ਹੁਣ ਬਲੂਪ੍ਰਿੰਟਸ ਬਣ ਰਹੇ ਆ ਬਲੂਪ੍ਰਿੰਟਸ ਜਦੋਂ ਪੂਰੇ ਹੋ ਗਏ ਫੇਰ ਉਹ ਪ੍ਰੋਕਿਊਰਮੈਂਟ ਤੇ ਚੱਲ ਜਾਨੀਆ ਫੇਰ ਹਸਪਤਾਲ ਬਣਨ ਨੂੰ ਲੱਗ ਜਾਣਾ ਆ ਪ੍ਰਸ਼ਾਦੇ ਵਿੱਚ ਇੰਫੇਸ਼ੀਅਨਸ ਬਹੁਤ ਆ ਮੇਰੇ ਵਿੱਚ ਵੀ ਵਜਵੇ ਲੇ ਹੋ ਜਾਂਦੀ ਆ ਅਸੀਂ ਸੋਚਦੇ ਆ ਅੱਜ ਕਿਹਾ ਸੀਗਾ ਤੇ ਕੱਲ ਨੂੰ ਬਣਨਾ ਚਾਹੀਦਾ ਪਰ ਜਦੋਂ ਅਸੀਂ ਘਰ ਬਣਾਈਦਾ ਉਦੋਂ ਵੀ 2-3 ਸਾਲ ਲੱਗ ਜਾਂਦੇ ਬਣਾਉਣ ਨੂੰ ਇਹ ਤਾਂ ਬਿਲੀਅਨ ਡਾਲਰ ਪ੍ਰੋਜੈਕਟ ਹੈਗੀ ਆ ਇਸ ਕਰਕੇ ਐਕਸਪਰਟਾਈਜ਼ ਕਰ ਰਹੇ ਆ ਪਰ ਬਣ ਜਾਣਾ ਆ ਪਰ ਸਿਰਫ ਅਸੀਂ ਹਸਪਤਾਲ ਦਾ ਨਹੀਂ ਸੀ ਵੇਟ ਕਰ ਸਕਦੇ ਸਰੀ ਵਿੱਚ ਬਹੁਤ ਸਾਰੇ ਲੋਕ ਆਏ ਆ ਜਿਨ੍ਹਾਂ ਦੇ ਕੋਲ ਡਾਕਟਰ ਹਨ ਤੇ ਜਿਨਾ ਕੋ ਡਾਕਟਰ ਹੈਗਾ ਆ ਉਹਨਾਂ ਦੇ ਡਾਕਟਰ ਇੰਨੇ ਬਿਜ਼ੀ ਆ ਉਹਨਾਂ ਨੂੰ ਅਪੁਆਇੰਟਮੈਂਟ ਵੀ ਨਹੀਂ ਸੀ ਮਿਲ ਹੁੰਦੇ ਸੋ ਪਹਿਲੀ ਅ ਅਰਜੈਂਟ ਕੇਅਰ ਐਂਡ ਪ੍ਰਾਇਮਰੀ ਕੇਅਰ ਸੈਂਟਰ ਜਿਹੜਾ ਖੁੱਲ੍ਹਿਆ ਸੀਗਾ ਬੀਸੀ ਦੇ ਵਿੱਚ ਆਪਣੇ ਇੱਥੇ ਸਰੀ ਸੈਂਟਰ ਚ ਕਰ ਲਿਆ ਸੀਗਾ ਉਹ ਸਰੀ ਸੈਂਟਰ ਵਿੱਚ ਖੁੱਲ੍ਹਿਆ ਤੇ ਉੱਥੇ ਲੋਕ ਬਹੁਤ ਜਾਂਦੇ ਆ ਤੇ ਬਹੁਤ ਫਾਇਦਾ ਪਿਆ ਆ ਅਸਰ ਵੀ ਪਿਆ ਆ ਇਮਰਜੈਂਸੀ ਰੂਮ ਤੇ ਵੀ ਹੁਣ ਆਪਣੇ ਇੱਕ ਖੁੱਲਣ ਲੱਗਾ ਮੇਰੇ ਇਲਾਕੇ ਦੇ ਵਿੱਚ ਆਪਣੇ ਸਰੀਫ ਹਨਰਾਮਾ ਨਿਊਟਨ ਦੇ ਬਾਰਡਰ ਤੇ ਉੱਪਰ ਤੇ ਇਹਦਾ ਬਹੁਤ ਹੀ ਫਾਇਦਾ ਹੋਣਾ ਹੈ ਜਿਹੜੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਆ 68th ਕਿੰਗ ਜੋਰਜ ਤੇ ਖੁੱਲਣਾ ਆ ਤੇ ਸਭ ਤੋਂ ਵੱਡੀ ਗੱਲ ਹੈਗੀ ਆ ਇਸ ਏਰੀਆ ਦੇ ਵਿੱਚ ਜਦੋਂ ਤੁਸੀਂ ਡਿਵੈਲਪਮੈਂਟ ਦੇਖੋ ਹਾਊਸ ਹਾਊਸ ਦੇਖੋ ਹਾਊਸ ਡਿਵੈਲਪਮੈਂਟ ਦੇਖੋ ਬਹੁਤ ਜ਼ਿਆਦਾ ਹੋਈ ਆ ਪਿਛਲੇ ਕਈ ਸਾਲਾਂ ਦੇ ਵਿੱਚ ਇੱਥੇ ਬਹੁਤ ਸਾਰੇ ਲੋਕ ਹੈਗੇ ਜਿਨ੍ਹਾਂ ਕੋ ਡਾਕਟਰ ਵੀ ਹੈ ਨਹੀਂ ਤੇ ਜਿਨ੍ਹਾਂ ਨੂੰ ਡਾਕਟਰ ਦੇ ਅਪਾਇੰਟਮੈਂਟ ਪੁੱਛਦੇ ਮਿਲਦੇ ਤੇ ਉਹ ਬਹੁਤ ਪਰੇਸ਼ਾਨ ਹੋ ਜਾਂਦੇ ਆ ਤੇ ਫਿਰ ਜਦੋਂ ਪਰੇਸ਼ਾਨੀ ਹੁੰਦੀ ਆ ਉਹਨਾਂ ਕੋਈ ਕੋਈ ਆਪਸ਼ਨ ਹੁੰਦਾ ਆ ਉਹ ਇਮਰਜੈਂਸੀ ਰੂਮ ਜਾ ਕੇ ਬਹਿ ਜਾਂਦੇ ਆ ਇਹ ਇਮਰਜੈਂਸੀ ਇਸ਼ੂਜ਼ ਨਹੀਂ ਹੁੰਦੇ ਪਰ ਉੱਥੇ ਚੱਲ ਜਾਂਦੇ ਆ ਇਸ ਕਰਕੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਪ੍ਰੀਮੀਅਰ ਦਾ ਵੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਆ ਤੇ ਇਹ ਅਰਜੈਂਟ ਕੇਂਦਰ ਖੁੱਲ ਵੀ ਗਿਆ ਆ ਉਹ ऑलरेडी オーਪਨ ਹੈਗਾ ऑलरेडी オーਪਨਿੰਗ ਹੈਗਾ ਤੇਰੀ ਅਨਾਉਂਸਮੈਂਟ ਹੋਈ ਸੀ ਉਹਦੇ ਚ ਕਿਹਾ ਗਿਆ ਸੀ ਕਿ ਜੁਲਾਈ ਦੇ ਵਿੱਚ ਇਹ ਸ਼ੁਰੂ ਹੋ ਜਾ ਜੁਲਾਈ ਦੇ ਵਿੱਚ ਇਹ ਕੰਮ ਕਰੂਗਾ 7 ਡੇਜ਼ ਅ ਵੀਕ 12 ਘੰਟੇ 9 ਟੂ 9 ਇਸ ਵਕਤ ਇਹ ਖੁੱਲ੍ਹਾ ਆ 5 ਟੂ 9 ਪੀਐਮ ਮੰਡੇ ਟੂ ਫ੍ਰਾਈਡੇ ਸੈਟਰਡੇ ਐਂਡ ਸੰਡੇ ਇਟਸ オーਪਨ ਫਰਮ 9 ਟੂ 9 ਸੋ ਇਸ ਕਰਕੇ ਵਕਤ ਮਿਲ ਜਾਊਗਾ ਹੁਣ ਅਸੀਂ ਸੋਚਦੇ ਸੀਗੇ ਵੀ ਬੈਡਲਾਈਨ ਫੁਲੀ ਸਟਾਫਟ ਹੋ ਜਾਵਾਂਗੇ ਪਿੱਛੇ ਕੋਵਿਡ 19 ਆ ਗਿਆ ਬਹੁਤ ਕੁਝ ਹੋਰ ਵੀ ਹੋ ਗਿਆ ਨਾ ਪਰ ਪਰ ਅਸੀਂ ਇਹਦੀ ਸੀ ਚਾਹੁੰਦੇ ਵੀ ਅਸੀਂ ਵੇਟ ਕਰੀਏ ਜੁਲਾਈ ਤੱਕ ਜਿੰਨਾ ਵੀ ਹੁਣ ਸਟਾਫ ਹੈਗਾ ਆ ਉਹ ਕੰਮ ਕਰੂਗਾ ਤੇ ਨਾਲੇ ਸੈਂਟਰ ਦੇ ਵਿੱਚ ਬਾਕੀ ਹੋਰ ਵੀ ਬਹੁਤ ਸਾਰੇ ਰਿਸੋਰਸਸ ਹੋਣਗੇ ਜਿਹਨਾਂ ਦੀ ਲੋਕਾਂ ਦੀ ਸਹਾਇਤਾ ਹੋਊਗੀ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਮੈਂ ਲੋਕਾਂ ਦੇ ਮੋਹਰੇ ਬੇਨਤੀ ਕਰਦੀ ਆ ਜੇ ਤੁਹਾਨੂੰ ਹਾਰਟ ਅਟੈਕ ਹੋ ਰਿਹਾ ਆ ਉਹ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਟ੍ਰੋਕ ਹੋਈ ਆ ਜਾਂ ਸੀਜ਼ਰ ਹੋਇਆ ਆ ਜਾਂ ਤੁਹਾਡੀ ਲੱਤ ਟੁੱਟ ਗਈ ਆ ਬੋਨਸ ਟਿਕਾਊ ਫਿਰ ਪਲੀਜ਼ अर्जेंट केयर सेंटर ਨਹੀਂ ਜਾਣਾ ਫਿਰ ਤੁਸੀਂ ਜਾਣਾ ਆ ਇਮਰਜੈਂਸੀ ਰੂਮ ਨੂੰ ਪਰ ਜੇ ਤੁਹਾਨੂੰ ਠੰਡ ਲੱਗੀ ਆ ਤੁਹਾਡਾ ਮੋਢਾ ਦੁਖਦਾ ਆ ਤੁਹਾਡੇ ਗੋਡੇ ਦੁਖਦੇ ਆ ਤੁਹਾਡੀ ਆ ਢੂਈ ਦੁਖਦੀ ਤੁਹਾਨੂੰ ਫਲੂ ਜਿਆ ਹੋਇਆ ਆ ਕਈ ਹੋਰ ਪ੍ਰੋਬਲਮਸ ਹੈਗੇ ਆ ਜਿਸ ਤਰ੍ਹਾਂ ਤੁਸੀਂ ਡਾਕਟਰ ਦੇ ਜਾਂਦੇ ਆ ਉਹ ਤੁਸੀਂ ਲੈ ਕੇ ਜਾਣੇ ਆ ਇੱਥੇ अर्जेंट ਕੇਅਰ ਸੈਂਟਰ ਦੇ ਵਿੱਚ ਸੋ ਇਸ ਕਰਕੇ ਬਹੁਤ ਖੁਸ਼ੀ ਹੋਈ ਆ ਤੇ ਮੈਂ ਜਿੰਨੇ ਵੀ ਜਦੋਂ ਵੀ ਲੋਕਾਂ ਨੂੰ ਪਤਾ ਲੱਗਦਾ ਸਾਰੇ ਖੁਸ਼ ਹੈਗੇ ਆ ਬੇਸਰੀ ਨਿਊਟਨ ਏਰੀਆ ਦੇ ਵਿੱਚ ਤੇ ਸਰੀ ਪੈਨੋਰਾਮਾ ਏਰੀਆ ਦੇ ਵਿੱਚ ਵੀ ਹੈਲਥ케ਅਰ ਇਨਵੈਸਟਮੈਂਟਸ ਹੋ ਰਹੀਆਂ ਨੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਏਰੀਆ ਦੇ ਵਿੱਚ ਹੈਗੇ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਇਸ ਏਰੀਆ ਦੇ ਵਿੱਚ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਫੈਮਿਲੀ ਡਾਕਟਰ ਐਸ ਯੂ ਸੈਡ ਕਿ ਉਹਨਾਂ ਕੋਲ ਨਹੀਂ ਹੈਗੇ ਫੈਮਿਲੀ ਡਾਕਟਰ ਕਿਉਂਕਿ ਦੇ ਆਰ ਸੋ ਬਿਜ਼ੀ ਕਿਉਂਕਿ ਇੱਥੇ ਇਹ ਵੀ ਹੈ ਕਿ ਜਿਹੜੇ ਵਾਕ ਇਨ ਕਲੀਨਿਕ ਹੈਗੇ ਆ ਉਹ ਵੀ ਹੁਣ ਫੈਮਿਲੀ ਡਾਕਟਰ ਦੇ ਵਿੱਚ ਕਨਵਰਟ ਹੋ ਰਹੇ ਆ ਕਈ ਤੇ ਉਹ ਕਹ ਰਹੇ ਆ ਕਿ ਅਸੀਂ ਅਪਾਇੰਟਮੈਂਟ ਦੇ ਬੇਸ ਤੇ ਜਾਂ ਸੋ ਇਹਦੇ ਲਈ ਵਾਕ ਇਨ ਕਲੀਨਿਕ ਤੇ ਤਰ੍ਹਾਂ ਸੀ ਵਾਕ ਬਿ ਮੈਂਟ ਤੋਂ ਜਾ ਸਕਦੇ ਆ ਇਹ ਸਿਕਿਅਰ ਸੈਂਟਰ ਦੇ ਵਿੱਚ ਸੋ ਕਿਦਾਂ ਇਹ ਚੱਲੇਗਾ ਕਿਵੇਂ ਕਲੀਨਿਕ ਦੇ ਵਿੱਚ ਪੇਸ਼ੈਂਟ ਜਾ ਸਕਦੇ ਆ ਇਹ ਤੁਹਾਡਾ ਵੋਕਨ ਵੀ ਹੈਗਾ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਹੂੰ ਦੋਨੋਂ ਹੀ ਤਰ੍ਹਾਂ ਕੰਮ ਕਰੂਗਾ ਪਰ ਦੇਖੋ ਆਪਣੇ ਕੋਲ ਜਦੋਂ ਦੀ ਸਾਡੀ ਸਰਕਾਰ ਬਣੀ ਆ ਕਾਫੀ ਅਡਜਟਖੇ ਸੈਂਟਰ ਖੁੱਲੇ ਆ ਪਹਿਲਾਂ ਆਪਣਾ ਨੋਥ ਸਰੀਚ ਖੁੱਲਿਆ ਸੀਗਾ ਹੁਣ ਆਪਾਂ ਨੂੰ ਆ ਮਿਲ ਗਿਆ ਆਪਣਾ ਸਤਾ ਵੀ ਬਣ ਜਾਣਾ ਆਪਣਾ ਰੀਹਬ ਫੈਸਿਲਿਟੀਆਂ ਵੀ ਬਣ ਗਈਆ ਇੱਕ ਕਾਉਂਸਲਿੰਗ ਸੈਂਟਰ ਫॉर ਡਰਗ ਐਂਡ ਅਲਕੋਹਲ ਐਡਿਕਸ਼ਨ ਸਪੈਸਿਫਿਕਲੀ ਫॉर ਸਾਊਥ ਏਸ਼ੀਅਨ ਕਮਿਊਨਿਟੀ ਉਹ ਵੀ ਸੈਟ ਅਪ ਹੋ ਗਿਆ ਆ ਸੋ ਮੈਨੂੰ ਬਹੁਤ ਗਰਵ ਹੈਗਾ ਆ ਵੀ ਸਾਡੀ ਸਰਕਾਰ ਨੇ ਸਰੀ ਵਾਲ ਪੂਰਾ ਧਿਆਨ ਦਿੱਤਾ ਆ ਤੇ ਮਲਟੀਫੈਸਿਟਿਡ ਹੈਲਥ케ਅ ਫੈਸਿਲਿਟੀਆਂ ਦੀ ਆਰਗੇਨਾਈਜੇਸ਼ਨ ਹੋ ਰਹੀ ਹੈ। ਹਮਮ ਟੋਟਲ ਜਿਹੜੇ ਹੈਲਥ케ਅ ਸੈਂਟਰ ਜਿਹੜੇ ਅਸੀਂ ਬੀਸੀ ਦੇ ਵਿੱਚ ਜਾਂ ਇੱਥੇ ਦੀ ਗੱਲ ਕਰ ਲਈਏ ਤੇ 17 17 ਸੈਂਟਰ ਹੈਗੇ ਆ। ਸੋ 17th ਇਹ ਜਿਹੜਾ ਖੁੱਲ ਖੁੱਲ ਗਿਆ ਆ ਓਲਰੈਡੀ ਐਸ ਯੂ ਸੈਡ ਕਿ ਓਲਰੈਡੀ ਖੁੱਲ ਗਿਆ ਜਿੰਨ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਹੁਣ ਜਾ ਸਕਦਾ ਹੈ। ਹੁਣ ਜਾ ਸਕਦਾ ਹੈ। ਅਪਾਇੰਟਮੈਂਟ ਪਰ ਬਾਅਦ ਵਿੱਚ ਹੋਏ ਜਿਹੜੇ ਹੈਗੇ 12 ਘੰਟੇ ਤੋਂ ਫੰਕਸ਼ਨ ਕਰਨ ਲੱਗ ਜਾਈਗਾ। 5 ਟੂ 9 ਮੰਡੇ ਟੂ ਫਰਡੇ ਸ਼ਾਮ ਦੇ 5 ਵਜੇ ਤੋਂ ਸ਼ਾਮ ਦੇ 9 ਵਜੇ ਤੱਕ ਤੇ ਸ਼ਖਰ ਦੇ ਸੰਡੇ ਨੂੰ 9 ਤੋਂ 9 ਵਜੇ ਤੱਕ ਤਾਂ ਇਸ ਕਰਕੇ ਉੱਥੇ ਡਾਕਟਰ ਹੈਗੇ ਕੁਆਲੀਫਾਈਡ professionals ਹੈਗੇ ਆ ਸਟਾਫ ਆ ਫੋਰ ਹੋ ਜਾਣਾ ਆ ਜੁਲਾਈ ਦਾ 1 929 ਸੋ ਇਹ ਕੋਲੈਬੋਰੇਟ ਕੀਤਾ ਹੈਗਾ ਫਰੇਜ਼ਰ ਹੈਲਥ ਦੇ ਨਾਲ ਐਬਸੋਲੂਟਲੀ ਫਰੇਜ਼ਰ ਹੈਲਥ ਰਨਸ ਦਾ ਹੈਲਥ ਕੇਅਰ ਫੈਸਿਲਿਟੀਆਂ ਇਨ ਸਰੀ ਏਰੀਆ ਸੋ I want to thank the staff at Fraser Health as well for the energy that they put into all of this. Mm -hmm. uh, so Fraser Health those staff jehda hai ga wo idhar kita jave ga ya naviyan jehdiyan ne wo hire hon giyan so family doctors ya physicians jehde ne wo hire kite jaan ge so kis tarah work karega mixture hoga mm -hmm. kayian hori assignment kayi told de hunde aa yes. opportunities pata nahi mainu no staffing da ohna da ki tarika hega internal staffing issues hunde aa ਬਟ ਸਾਨੂੰ ਇਹ ਜ਼ਰੂਰ ਪਤਾ ਆ ਵੀ ਜਦੋਂ ਦੇ ਅਸੀਂ ਆਏ ਆ ਅਸੀਂ ਇਨਵੈਸਟਮੈਂਟ ਕੀਤੀ ਆ ਟ੍ਰੇਨਿੰਗ ਫੋਰ ਮੋਰ ਡਾਕਟਰਸ ਆ ਬਾਡਲੀਟੇਡ ਡਾਕਟਰ ਆ ਇਹੋਨਾਂ ਦਾ ਵੀ ਅਸੀਂ ਕਿਸ ਤਰ੍ਹਾਂ ਐਕਸਪਰਟਾਈਜ਼ ਕਰ ਲਈਏ ਕ੍ਰੈਡੈਂਸ਼ੀਅਲਸ ਲਈ ਸੋ ਬਹੁਤ ਕੁਝ ਕੰਮ ਹੋ ਰਿਹਾ ਹੈ ਇਸ ਵਕਤ ਸੋ ਹੁਣ ਅਸੀਂ ਜਿਹੜੇ ਇਹ ਸਿਕਯਰ ਹੋਮ ਦੀ ਗੱਲ ਕੀਤੀ ਹੈਗੀ ਇਹ ਆਲਰੇਡੀ ਬਣ ਗਿਆ ਹੈਗਾ ਸੋ ਇਹਦੀ ਜਦੋਂ ਗੱਲ ਹੋ ਰਹੀ ਸੀ ਕਿ ਇਹ ਬਣ ਗਿਆ ਹੈਗਾ ਕਿਉਂਕਿ ਯੂਸੂअली ਉਦੋਂ ਅਨਾਊਂਸਮੈਂਟ ਆਉਂਦੀ ਹੈਗੀ ਬਾਅਦ ਜਦੋਂ ਹਜੇ ਸਟਾਰਟ ਹੋਣਾ ਹੁੰਦਾ ਆ ਹਜੇ ਉਹਦੇ ਵਾਸਤੇ ਸਿਰਫ ਪਲਾਨ ਹੀ ਆਇਆ ਹੁੰਦਾ ਆ ਪਰ ਇਹ ਬਨਣ ਤੋਂ ਬਾਅਦ ਹੀ ਅਨਾਊਂਸਮੈਂਟ ਕੀਤੀ ਗਈ ਹੈਗੀ ਸੋ ਇਹ ਰੀਜ਼ਨ ਬਿਹਾਈਂਡ ਕੋਵਿਡ 19 ਨੇ ਬਹੁਤ ਕੁਝ ਬਦਲ ਦਿੱਤਾ ਬਿਲ ਅਸੀਂ ਪੂਰੀ ਤਿਆਰੀ ਕਰਕੇ ਬੈਠੇ ਸੀਗੇ ਕੋਵਿਡ-19 ਤੋਂ ਪਹਿਲਾਂ ਆ ਪ੍ਰੀਮੀਆ ਹੋਗਣੇ ਆ ਕੇ ਅਨਾਉਂਸ ਕਰਨਾ ਸੀਗਾ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਤੁਸੀਂ ਐਮਸੀ ਕਰਿਓ ਪੂਰੀ ਸੈਟਅਪ ਸੀ ਪਰ ਉਦੋਂ ਫੇਰ ਸਾਨੂੰ ਡਿਲੇ ਕਰਨਾ ਪਿਆ ਠੀਕ ਨਹੀਂ ਸੀ ਲੱਗਦਾ ਵੀ ਤੁਸੀਂ ਕਰੋ ਜਦੋਂ ਸਾਰਿਆਂ ਨੂੰ ਕਹਿੰਦੇ ਸੀ ਘਰ ਬੈਠੋ ਵੀ ਤੁਸੀਂ ਉੱਥੇ ਲੋਕ ਇਕੱਠੇ ਕਰਕੇ ਅਨਾਉਂਸਮੈਂਟ ਕਰੋ ਤੋਂ ਉਸ ਕਰਕੇ ਡਿਲੇਡ ਹੋ ਗਿਆ ਸੀਗਾ ਪਰ ਅਸੀਂ ਇਹ ਨਹੀਂ ਸੀ ਚਾਹੁੰਦੇ ਵੀ ਜਦੋਂ ਬਣ ਗਿਆ ਵੀ ਹੁਣ ਚੱਲ ਸਕਦਾ ਆ ਵੀ ਅਸੀਂ ਇਹਨੂੰ ਚਾਲੂ ਨਾ ਕਰੀਏ ਇਸ ਕਰਕੇ ਇਹਨੂੰ ਚਾਲੂ ਕਰ ਦਿੱਤਾ ਤੇ ਪ੍ਰੀਮੀਅਰ ਦੀ ਅਨਾਉਂਸਮੈਂਟ ਵੀ ਜਦੋਂ ਢੇੜ ਹਫਤਾ ਚੱਲਦਾ ਸੀਗਾ ਉਦੋਂ ਬਾਅਦ ਹੀ ਆਇਆ ਹੂੰ ਸੋ ਇਟਸ ਆਲ ਗੁੱਡ ਨਿਊਜ਼ ਫॉर ਸਨਰੀ ਹੂੰ ਸੋ ਤੁਸੀਂ ਜਿੱਦਾਂ ਕਿਹਾ ਕਿ ਢੇੜ ਹਫਤੇ ਬਾਅਦ ਅਨਾਉਂਸਮੈਂਟ ਆਈ ਹੈਗੀ ਸੋ ਉਸ ਤੋਂ ਪਹਿਲਾਂ ਜਿਹੜੇ ਏਰੀਆ ਦੇ ਲੋਕ ਸੀਗੇ ਉਹਨਾਂ ਨੂੰ ਪਤਾ ਸੀ ਕਿ ਇੱਥੇ ਅਰਜੈਂਟ ਕੇਅਰ ਹੈਗਾ ਆਰਪੀ ਬੀ ਡਾਕਟਰ ਯਾ ਲੋਕ ਪੀਪਲ ਅਨਾਉਂਸ ਕਰਨ ਤੋਂ ਪਹਿਲਾਂ ਹੀ ਜਾਣ ਲੱਗ ਪਏ ਸੀ ਹਮ ਥੈਟਸ ਰੀਲੀ ਗੁੱਡ ਕਿ ਜਿਹੜੀ ਅਰਜੈਂਟ ਕੇਅਰ ਹੈਗੀ ਆ ਉਹ ਮਿਲ ਰਹੀ ਹੈਗੀ ਆ ਫੈਸਰ ਹੈਲਥ ਡਿਡ ਅ ਗੁੱਡ ਜੌਬ ਹਮ ਹਮ ਯਾ ਸੋ ਉਹਨਾਂ ਦੇ ਜਿਹੜੀ ਕੋਲਾਬੋਰੇਸ਼ਨ ਦੇ ਨਾਲ ਜਿਹੜਾ ਇਹ ਖੁੱਲ ਗਿਆ ਹੈਗਾ ਆ ਸੋ ਹੁਣ ਅਸੀਂ ਜੇ ਸੀਨੀਅਰ ਕੇਅਰ ਹੋਮ ਦੀ ਗੱਲ ਕਰ ਲਈਏ ਜਿਵੇਂ ਇੰਟੀਰੀਅਰ ਦੇ ਵਿੱਚ ਹਾਲ ਹੋਇਆ ਆ ਸਾਡੀ ਇੱਥੇ ਦੀ ਕੀ ਕੰਡੀਸ਼ਨ ਹੈਗੀ ਯੂ ਹੈਵ ਐਨੀ ਇਨਫੋਰਮੇਸ਼ਨ ਅਬਾਊਟ ਥੈਟ ਵੇਖੋ ਜਦੋਂ ਉਹਂ ਸ਼ਹਿਰੀ ਉਹਦੀਆਂ ਅੱਖ ਵੱਕਦੀਆਂ ਦੇਖੀ ਲਗਾ ਆ ਨਾ ਮੂਵੀਜ਼ ਅੱਖਾਂ ਚ ਭਰਨੀ ਆ ਜਾਂਦਾ ਕਰਕੇ ਆਪਾਂ ਸਾਰੇ ਵੀ ਆਪਣੇ ਕੋ ਮਾਪਿਓ ਹੈਗੇ ਆ ਜਾਂ ਸੀਗੇ ਐਂਡ ਇਟਸ ਇਟ ਹਰਟਸ ਕਰਕੇ ਜਿਹੜੇ ਬਜ਼ੁਰਗਾਂ ਨੇ ਸਾਡੇ ਮੁਲਕ ਨੂੰ ਬਣਾਇਆ ਆ ਅਸੀਂ ਇਹ ਨਹੀਂ ਕਦੀ ਸੋਚੀਦਾ ਵੀ ਉਹਨਾਂ ਦਾ ਅੰਤ ਇਦਾਂ ਦਾ ਹੋਵੇ ਨਾ ਅਸੀਂ ਸੋਚਦੇ ਸਾਡੇ ਬੱਚਿਆਂ ਦੀ ਸ਼ੁਰੂਆਤ ਮਾੜੀ ਹੋਵੇ ਸੋ ਇਸ ਕਰਕੇ ਰੈਕਗਨਿਸ਼ਨ ਹੈਗਾ ਆ ਫ্রম ਦਾ ਪ੍ਰਾਈਮ ਮਿਨਿਸਟਰ ਐਂਡ রাইਟ ਅਕ੍ਰੋਸ ਦਾ ਪ੍ਰੋਵਿੰਸ ਬਟ ਸਾਧੇਪ ਹੈਲਥ ਮਿਨਿਸਟਰ ਨੇ ਪਹਿਲਾਂ ਹੀ ਬਹੁਤ ਵਧੀਆ ਕੰਮ ਕੀਤਾ ਸੀਗਾ ਜਿਹੜਾ ਉਹਨੇ ਜਿਹੜੇ ਹੈਲਥ케ਅ ਵਰਕਰਸ ਸੀਗੇ ਜਿਹੜੇ ਉਹਨਾਂ ਦੀ ਟ੍ਰੀਟਮੈਂਟ ਹੋ ਰਹੀ ਸੀਗੀ ਉਹਨਾਂ ਦੇ ਲੈਜਿਸਲੇਸ਼ਨ ਉਹਨਾਂ ਤੇ ਉੱਪਰ ਇੰਪੈਕਟ ਕੀਤਾ ਸੀਗਾ ਜਿਹੜਾ 2001 ਦੇ ਵਿੱਚ ਲੈ ਕੇ ਆਏ ਸੀਗੇ ਲਿਬਰਲਸ ਉਹ ਉਹਨਾਂ ਨੇ ਉਲਟ ਕਰ ਦਿੱਤਾ ਸੀਗਾ ਤੇ ਉਹਦੇ ਨਾਲ ਕਾਫੀ ਸੁਧਾਰ ਆ ਗਿਆ ਸੀਗਾ ਇੱਕ ਕੋਵਿਡ ਆਉਣ ਤੋਂ ਪਹਿਲਾਂ ਹੀ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਘੰਟੇ ਵਧਾ ਦਿੱਤੇ ਸੀਗੇ ਜਿਹੜੇ ਉਹਨਾਂ ਨੂੰ ਮਿਲਦੇ ਆ ਹਰ ਇੱਕ ਇਨਸਾਨ ਦੇ ਖੈਰ ਲਈ ਤੇ ਇੱਕ ਅਸੀਂ ਕੀਤਾ ਸੀਗਾ ਵੀ ਕਨਸੋਲिडेट ਕਰਨ ਲੱਗ ਪਏ ਸੀਗੇ ਵੀ ਜਿਹੜਾ ਨੂੰ ਵੀ ਵਰਕਰਸ ਹੈਗੇ ਉਹਨਾਂ ਨੂੰ ਪਬਲਿਕ ਫ੍ਰੀਜ਼ਰ ਹੈਲਥ ਵਿੱਚ ਲਿਆ ਜਾਵੇ ਤੇ ਨਾਲੇ ਜਿਹੜੇ ਵੀ ਹੁਣ ਕਰ ਦਿੱਤਾ ਵੀ ਸਾਰੇ ਇਕ ਥਾਂ ਕੰਮ ਕਰ ਸਕਦੇ ਆ ਇਹ ਨਹੀਂ ਤੁਸੀਂ ਚਾਰ ਥਾਂ ਕੰਮ ਕਰਨਾ ਆ ਇਹ ਮੁਸ਼ਕਲ ਕੰਮ ਕਰਨਾ ਆ ਕਰਕੇ ਲੋਕਾਂ ਦੀ ਅਡਜਸਟਮੈਂਟ ਕਰਨੀ ਪੈਂਦੀ ਆ ਉਹਨਾਂ ਦੀ ਡਿਪੈਂਡੈਂਸੀ ਹੁੰਦੀ ਆ ਫਿਰ ਜੇ ਇਸ ਬੰਦੇ ਨੇ ਇੱਥੋਂ ਉੱਤੇ ਫੁੱਲ ਟਾਈਮ ਸ਼ਿਫਟ ਹੋਣਾ ਆ ਉੱਥੇ ਜਿਹੜੇ ਕਈ పార్ਟ ਟਾਈਮ ਹੈਗੇ ਉਹਨਾਂ ਨੇ ਹੋਰ ਕਿਤੇ ਸ਼ਿਫਟ ਹੋਣਾ ਪੈਣਾ ਆ ਬਟ ਕਾਫੀ ਮਿਹਨਤ ਕਰ ਰਹੀ ਆ ਦੇਖੋ ਮੈਂ ਕਦੀ ਨਾ ਕਹੂੰਗੀ ਵੀ ਸਾਡੇ ਨਰਸਿੰਗ ਹੋਮਸ ਪਰਫੈਕਟ ਹੈਗੇ ਆ ਬੀਸੀ ਦੇ ਵਿੱਚ ਸਾਡੇ ਕੋਲ ਵੀ ਬਹੁਤ ਕੰਮ ਕਰਨ ਵਾਲਾ ਆ ਪਰ ਇਹ ਜ਼ਰੂਰ ਹੈਗਾ ਆ ਵੀ ਅਸੀਂ ਅਹੈਡ ਆਫ ਦ ਕਰਵ ਹੈਗੇ ਆ ਹਮ ਬਿਲਕੁਲ ਤੇ ਬੀਸੀ ਦੇ ਵਿੱਚ ਐਮਰਜੈਂਸੀ ਪੀਰੀਅਡ ਜਿਹੜਾ ਹੈਗਾ 2 ਵੀਕ ਤੇ ਲਈ ਹੋਰ ਪ੍ਰੀਮੀਅਰ ਹੋਰਗਨ ਤੋਂ ਦੁਆਰਾ ਵਧਾ ਦਿੱਤਾ ਗਿਆ ਹੈਗਾ ਆ ਪਰ ਹੌਲੀ ਹੌਲੀ ਅਸੀਂ ਰੀਓਪਨ ਕਰ ਰਹੇ ਹਾਂ ਅਸੀਂ ਸੈਕੰਡ ਸਟੇਜ ਦੇ ਵਿੱਚ ਪਹੁੰਚ ਗਏ ਹੈਗੇ ਆ ਕੀ ਰਿਸਪੌਂਸ ਤੁਹਾਨੂੰ ਲੱਗ ਰਿਹਾ ਹੈਗਾ ਬੀਸੀ ਦੇ ਲੋਕਾਂ ਵੱਲੋਂ ਬਹੁਤ ਪਤਿਆ ਪਰ ਲੋਕਾਂ ਨੂੰ ਕੋਈ ਗੱਲ ਕਹਿਣੀ ਆ ਵੀ ਇਹ ਨਾ ਸੋਚਿਓ ਵੀ ਵਾਇਰਸ ਕਿਤੇ ਚਲ ਗਿਆ ਆ ਵਾਇਰਸ ਅੱਗੇ ਨਾਲੋਂ ਵੀ ਜ਼ਿਆਦਾ ਫੈਲ ਗਿਆ ਕਰਕੇ ਹਰੇਕ ਦਿਨ ਕਿਸੇ ਨੂੰ ਜਦੋਂ ਹੋ ਜਾਂਦਾ ਆਪਾਂ ਨੂੰ ਪਤਾ ਫੈਲ ਹੀ ਜਾਂਦਾ ਜੇ ਆਪਾਂ ਇਸ ਵਾਇਰਸ ਨੂੰ ਸੁਧਾਰ ਲਿਆਂਦਾ ਆ ਉਹ ਡਾਕਟਰ ਬੌਨੀ ਹੈਨਰੀ ਡਾਕਟਰ ਮਿਨਿਸਟਰ ਜੈਕਸ ਤੇ ਪ੍ਰੀਮੀਅਰ ਦੇ ਖਾਤਰ ਕਰਕੇ ਜਿਸ ਤਰੀਕੇ ਦਾ ਉਹਨਾਂ ਨੇ ਪਾਲਿਸੀਜ਼ ਬਣਾਈ ਤੇ ਸਭ ਤੋਂ ਵੱਡੇ ਧੰਨਵਾਦ ਹੈਗਾ ਜਨਤਾ ਦਾ ਕਰਕੇ ਵੀ ਸਿੱਧੇ ਲੋਕਾਂ ਨੇ ਬਹੁਤ ਸੁਧਾਰ ਲੈ ਕੇ ਜਾਂਦਾ ਕਰਕੇ ਉਹਨਾਂ ਨੂੰ ਪ੍ਰੇਜ ਬਹੁਤ ਕੀਤੇ ਹੁਣ ਜੀ ਅਸੀਂ ਦਰਵਾਜ਼ਾ ਖੋਲਣ ਲੱਗੇ ਆ ਇਹ ਨਹੀਂ ਵੀ ਅਸੀਂ ਦੋਨੋਂ ਹੀ ਦਰਵਾਜ਼ੇ ਖੋਲ੍ਹ ਦਿੱਤੇ ਆ ਤੇ ਕਹਿ ਦਿੱਤਾ ਇਟਸ ਅ 프리 ਕੋਵਿਡ ਆਪਾਂ 프리 ਕੋਵਿਡ ਤੇ ਨਹੀਂ ਗਏ ਇਹ ਆ ਵੀ ਟੇਕ યોਰ ਸਟੈਪਸ ਕੋਸ਼ਸਲੀ ਹੱਲੇ ਵੀ ਬਹੁਤ ਜ਼ਰੂਰਤ ਹੈ ਕਿ ਵੀ ਆਪਾਂ ਡਾਕਟਰ ਬੋਨੀ ਹੈਨਰੀ ਦੀ ਗੱਲ ਸੁਣੀਏ ਉਹਨੇ ਨਹੀਂ ਕਿਹਾ ਹੁਣ ਤੁਸੀਂ ਜਿਹਨੂੰ ਮਰਜ਼ੀ ਮਿਲ ਲਵੋ ਉਹ ਕਹਿੰਦੀ ਗ로우 યોਰ ਸੋਸ਼ਲ ਸਰਕਲ ਸਰਕਲ ਕੋਸ਼ਸਲੀ ਇੱਕ ਹੋਰ ਫੈਮਿਲੀ ਨੂੰ ਨਾਲ ਜੋੜ ਲਵੋ ਇਹ ਨਹੀਂ ਰੋਜ਼ ਰਾਤ ਨੂੰ ਡਿਫਰੈਂਟ ਫੈਮਿਲੀਗਾ ਜਸਟ ਲिटल ਬਿਟ ਐਟ ਅ ਟਾਈਮ ਸੋਸ਼ਲ ਡਿਸਟੈਂਸਿੰਗ ਇਜ਼ ਵਾਟ ਇੰਪੋਰਟੈਂਟ ਜਿੱਥੇ ਨਹੀਂ ਸੋਸ਼ਲ ਡਿਸਟੈਂਸਿੰਗ ਹੋ ਸਕਦੀ ਉੱਥੇ ਫੈਬਰਿਕ ਮਾਸਕ ਵੇਅਰ ਕਰ ਲਵੋ واਸ਼ ਯੂਰ ਹੈਂਡਸ ਕਾਫ ਇਨਟੂ ਯੂਰ ਐਲਬੋ ਐਂਡ ਜੇ ਤੁਹਾਨੂੰ ਰੀਨਕ ਵੀ ਲੱਗਦਾ ਵੀ ਤੁਹਾਨੂੰ ਠੰਡ ਵੀ ਆ ਤੁਹਾਨੂੰ ਸਿਰਦਰਦ ਵੀ ਹੈਗਾ ਆ ਵੀ ਤੁਸੀਂ ਬਿਮਾਰ ਹੋਣ ਲੱਗੇ ਆ ਸਟੇ ਹோம் ਇਹ ਜੇ ਆਪਾਂ ਸੁਧਾਰ ਲਿਆਂਦਾ ਆ ਬੀਸੀ ਵਿੱਚ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਲੋਕ ਇੱਥੇ ਰਹਿਣ ਵਾਲੇ ਹਨ ਜੇ ਆਪਾਂ ਖੇਵ ਨੂੰ ਇੱਥੇ ਰੱਖਣਾ ਹੈ ਫਿਰ ਆਪਾਂ ਨੂੰ ਇਸ ਤਰ੍ਹਾਂ ਹੀਗਾ ਪ੍ਰੇਜ ਰੱਖਣਾ ਪੈਣਾ ਹੈ ਜੇ ਆਪਾਂ ਨਾ ਕੀਤਾ ਫਿਰ ਆਪਣਾ ਤਾਂ ਦੂਸਰੇ ਇਲਾਕਿਆਂ ਦਾ ਬਾਲਾ ਫਰਕ ਨਹੀਂ ਰਹਿ ਜਾਣਾ ਇਸ ਕਰਕੇ ਬੇਨਤੀ ਹੈਗੀ ਹੈ ਬਿਲਕੁਲ ਜਿੰਜਮਸ ਤੁਹਾਡੇ ਨਾਲ ਜਿਹੜੀ ਗੱਲਬਾਤ ਜਾਰੀ ਰਹੇਗੀ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਸਰੀ ਪੈਨੋਰਾ ਮਾਮਲੇ ਜਨੀ ਸਿਮਸ ਦੇ ਨਾਲ ਗੱਲਬਾਤ ਹੋ ਰਹੀ ਹੈ ਪ੍ਰਾਇਮਰੀ ਕੇਅਰ ਸੈਂਟਰ ਜਿਹੜਾ ਹੈਗਾ ਉਹ ਖੁੱਲ ਗਿਆ ਹੈਗਾ ਆ ਸਰੀ ਦੇ ਵਿੱਚ ਉਸ ਦੇ ਬਾਰੇ ਗੱਲਬਾਤ ਹੋ ਰਹੀ ਹੈ ਹੋਰ ਅਪਡੇਟਸ ਦੇ ਲਈ ਇਹਨਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਤੇ ਲਈ ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ ਯੂ ਆਰ ਵਾਚਿੰਗ ਖਾਸ ਮੁਲਾਕਾਤ ਤੇ ਖਾਸ ਮੁਲਾਕਾਤ ਹੋ ਰਹੀ ਹੈ ਗਿਆ ਸਰੀ ਪੈਨੋਰਾ ਮਾਮਲੇ ਜਨੀ ਸਿਮਸ ਦੇ ਨਾਲ ਜਿਹੜੇ ਅਪਡੇਟ ਦੇ ਰਹੇ ਨੇ ਕਿ ਜਿਹੜਾ ਅਰਜੈਂਟ ਕੇਅਰ ਸੈਂਟਰ ਹੈਗਾ ਆ ਉਹ ਖੁੱਲ ਗਿਆ ਹੈਗਾ ਤੇ ਕਿਵੇਂ-ਕਿਵੇਂ ਉਹ ਵਰਕ ਕਰੇਗਾ ਸੋ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਕਿ ਅਰਜੈਂਟ ਕੇਅਰ ਖੁੱਲ ਗਿਆ ਹੈਗਾ ਆ ਤੇ ਸਾਨੂੰ ਥੋੜੀ ਜੀ ਵੀ ਜੇ ਸਾਡੀ ਸਿਹਤ ਨੂੰ ਕੋਈ ਦੁੱਖ ਤਕਲੀਫ ਹੈਗੀ ਹੈ ਤਾਂ ਅਸੀਂ ਫੈਮਿਲੀ ਡਾਕਟਰ ਜੇ ਸਾਡੇ ਕੋਲ ਨਹੀਂ ਹੈਗਾ ਤਾਂ ਅਸੀਂ ਉੱਥੇ ਵਿਜ਼ਿਟ ਕਰ ਸਕਦੇ ਹਾਂ ਸਰੀ ਨਿਊਟਨ ਦੇ ਦਾ ਜਿਹੜਾ ਸਾਰਾ ਏਰੀਆ ਹੈਗਾ ਆ ਸੋ ਉਹ ਉੱਥੇ ਜਾ ਸਕਦਾ ਹੈ ਪਰ ਨਾਲ-ਨਾਲ ਹੁਣ ਜੇ ਅਸੀਂ ਸਿਟੀ ਦੀ ਗੱਲ ਕਰ ਲਈਏ ਮੈਨੂੰ ਪਤਾ ਹੈ ਕਿ ਪਾਰਕ ਜਿਹੜੇ ਸਿਟੀ ਦੇ ਅੰਦਰ ਆਉਂਦੇ ਹੈਗੇ ਆ ਜਿਹੜੇ 200 ਪਾਰਕ ਖੁੱਲਣ ਜਾ ਰਹੇ 1 ਜੂਨ ਤੋਂ ਪਰ ਉਹ ਜਿਹੜੇ ਬੀਸੀ ਦੀ ਰਲਕੇ ਕੰਮ ਕਰਕੇ ਖੁੱਲਣ ਜਾ ਰਹੇ ਹੈਗੇ ਆ ਸੋ ਯੂ ਹੈਵ ਐਨੀ ਆਪਰ ਡਾਕਟਰ ਬੌਨੀ ਬੌਨੀ ਹੈਨਰੀ ਆਪਣੇ ਗਾਈਡਲਾਈਨਸ ਦੇ ਦਿੰਦੇ ਆ ਜਿਸ ਤਰ੍ਹਾਂ ਸਕੂਲਾਂ ਨੇ ਉਹ ਗਾਈਡਲਾਈਨਸ ਲੈ ਕੇ ਆਪਣੇ ਆਪ ਲਈ ਆ ਕਨਟੈਕਸਚੁਅਲਾਈਜ਼ ਕਰ ਲੈ ਆਪਣੇ ਇਲਾਕੇ ਲਈ ਇਸੇ ਤਰੀਕੇ ਦੇ ਨਾਲ ਮੈਨੂੰ ਪੂਰਾ ਭਰੋਸਾ ਹੈਗਾ ਹੈ ਕਿ ਸਿਟੀ ਵੀ ਪੂਰਾ ਧਿਆਨ ਰੱਖੂਗੀ ਪ੍ਰੇਜ ਰੱਖੂਗੀ ਸਫਾਈ ਦਾ ਇਨਸਪੈਕਸ਼ਨ ਦਾ ਵੀ ਕਿਉਂਕਿ ਇਨਾ ਗਰਮੀਆਂ ਦੇ ਵਿੱਚ ਆਪਾਂ ਆਸਨੀ ਰੱਖ ਸਕਦੇ ਵੀ ਸਾਰੇ ਅੰਦਰ ਬੈਠੇ ਰਹਿਣਗੇ ਇਸ ਕਰਕੇ ਬੱਚਿਆਂ ਦਾ ਵੀ ਹੁਣ ਓਖਾ ਹੋ ਗਿਆ ਸਾਡੇ ਬਜ਼ੁਰਗ ਵੀ ਕਹਿੰਦੇ ਅਸੀਂ ਬਾਹਰ ਜਾ ਕੇ ਬੈਠੀਏ ਸੋ ਇਹ ਦਿਨ ਸੋਹਣੇ ਹੈਗੇ ਆ ਅਸੀਂ ਵੀ ਚਾਹੁੰਦੇ ਆ ਲੋਕ ਸੋਸ਼ੀਅਲਾਈਜ਼ ਹੋਣ ਕਰਕੇ ਮੈਂਟਰਲ ਪ੍ਰੈਸ਼ਰ ਬਹੁਤ ਹੋਣ ਲੱਗ ਪਿਆ ਸੀਗਾ ਪਰ ਵਾਇਰਸ ਹਾਲੇ ਵੀ ਇੱਥੇ ਹੀ ਆ ਵਾਇਰਸ ਕਿਤੇ ਗਿਆ ਨਹੀਂ ਅੱਜ ਤੱਕ ਕੋਈ ਇਲਾਜ ਨਹੀਂ ਲੱਜਾ ਨਾ ਕੋਈ ਵੈਕਸੀਨ ਬਣੀ ਆ ਜਿਹੜੀ ਟੈਸਟਿੰਗ ਥਰੂ ਜਾ ਰਹੀ ਹੋਵੇ ਇਸ ਕਰਕੇ ਪੂਰਾ ਪ੍ਰੇਜ ਰੱਖੋ ਆਪਣੇ ਆਪ ਤੋਂ ਉਹ ਸੋਸ਼ਲ ਫਿਜ਼ੀਕਲ ਡਿਸਟੈਂਸਿੰਗ ਰੱਖਣ ਦੀ ਸਖਤ ਜ਼ਰੂਰਤ ਹੈਗੀ ਆ ਆਪਾਂ ਨੂੰ ਪਤਾ ਜੇ ਇੱਕ ਚੀਜ਼ ਬਹੁਤ ਵੱਡਾ ਅਸਰ ਪੈਂਦਾ ਆ ਇਸ ਸਪਰੈਡ ਤੇ ਉਹ ਹੈਗਾ ਫਿਜ਼ੀਕਲ ਡਿਸਟੈਂਸਿੰਗ ਹਮ ਸੋ 1 ਜੂਨ ਤੋਂ ਬਹੁਤ ਕੁਝ ਓਪਨ ਹੋਣ ਜਾ ਰਿਹਾ ਹੈਗਾ ਸਕੂਲ ਓਪਨ ਹੋਣ ਜਾ ਰਹੇ ਹੈਗੇ ਪਾਰਸ਼ੀਅਲ ਸਕੂਲ ਸੋ ਪਾਰਸ਼ੀਅਲ ਸਕੂਲ ਦੇ ਵਿੱਚ ਪੇਰੈਂਟਸ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਅਜੇ ਵੀ ਡਰ ਹੈਗਾ ਕਿ ਅਸੀਂ ਬੱਚਿਆਂ ਨੂੰ ਭੇਜੀਏ ਨਾ ਭੇਜੀਏ ਉਹ ਦੋ ਚਿੱਤੀ ਕਹਿ ਦਿੰਦੇ ਆਪਾਂ ਕਿ ਡਬਲ ਮਾਈਂਡਡ ਹੈਗੇ ਆ ਕਿ ਅਸੀਂ ਭੇਜੀਏ ਕਿ ਨਾ ਭੇਜੀਏ ਸੋ ਸਕੂਲਾਂ ਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਦੇਖੋ ਇਹ ਪੂਰਾ ਜਾਇਜ਼ ਹੈ ਕਰਕੇ ਹਰੇਕ ਪੇਰੈਂਟ ਸੋਨ ਆਪਣੇ ਬੱਚੇ ਦਾ ਸੋਚਣਾ ਉਡਰੇ ਪਏ ਆ। ਹਾਂ। ਪਰ ਮੇਰੇ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਸਕੂਲ ਪਿਛਲੇ 2.5 ਮਹੀਨੇ 3 ਮਹੀਨਿਆਂ ਲਈ ਖੁੱਲੇ ਸੀ। ਹਾਂ। ਉਹਨਾਂ ਸਕੂਲਾਂ ਦੇ ਵਿੱਚ ਜਾ ਰਹੇ ਆ ਅ ਇਮਰਜੈਂਸੀ ਕੇਅਰ ਵਰਕਰਸ ਫਰੰਟਲਾਈਨ ਵਰਕਰਸ ਦੇ ਬੱਚੇ ਤੇ ਡੇ ਕੇਅਰਸ ਵੀ ਖੁੱਲੇ ਸੀਗੇ। ਤੇ ਉੱਥੇ ਗਾਈਡਲਾਈਨਸ ਅਫੈਕਟਿਵ ਸੀਗੀਆਂ ਤੇ ਉਹਨਾਂ ਨੇ ਪੂਰੀ ਧਿਆਨ ਰੱਖਿਆ ਆ ਤੇ ਆਪਣੇ ਕੋਈ ਆਊਟ ਬ੍ਰੇਕ ਨਾ ਚਾਰਟ ਕੇਅਰ ਸੈਂਟਰ ਵਿੱਚ ਹੋਈ ਆ ਤੇ ਨਾ ਹੀ ਕਿਸੇ ਸਕੂਲ ਵਿੱਚ ਹੋਈ ਆ। ਜਿਹੜੇ ਵੀ ਸਕੂਲ ਖੁੱਲੇ ਸੀਗੇ ਇਸ ਕਰਕੇ ਜੇ ਡਾਕਟਰ ਪੌਨੀ ਹੈਨਰੀ ਨੇ ਜਿਹੜੇ ਗਾਈਡਲਾਈਨਸ ਦਿੱਤੇ ਆ ਆਪਾਂ ਨੂੰ ਉਹ ਫਾਲੋ ਕਰਨੇ ਪੈਣੇ ਸਕੂਲਾਂ ਦੇ ਵਿੱਚ ਸਰੀ ਸਕੂਲ ਡਿਸਟ੍ਰਿਕਟ ਸੁਪਰਿੰਟੈਂਡੈਂਟ ਜਾਰਡਨ ਟੈਨੀ ਨੇ ਵੀਡੀਓ ਵੀ ਬਣਾਇਆ ਵੀ ਸਾਰਿਆਂ ਨੂੰ ਸਮਝਾਉਣ ਨੂੰ ਵੀ ਕਿੱਦਾਂ ਸਕੂਲ ਨੂੰ ਵਾਪਸ ਜਾਣਾ ਆ ਇਹ ਅੱਗੇ ਵਾਂਗੂ ਨਹੀਂ ਹੋਣਾ ਜਿੱਦਾਂ ਤੁਸੀਂ ਬੱਚਿਆਂ ਨੂੰ ਡ੍ਰੌਪ ਆਫ ਕਰਨਾ ਜਿੱਦਾਂ ਉਹਨਾਂ ਦਾ ਲੰਚ ਪੈਕ ਕਰਨਾ ਸਭ ਕੁਝ ਡਿਫਰੈਂਟ ਹੋ ਜਾਣਾ ਕਲਾਸੇਸ ਦੇ ਵਿੱਚ ਉਹਨੇ ਬੱਚੇ ਵੀ ਨਹੀਂ ਹੋਣੇ ਇੱਕ ਮੈਂ ਟੀਚਰ ਦੇ ਨਾਲ ਗੱਲ ਕਰਦੀ ਸੀ ਉਹ ਕਹਿੰਦੀ ਵੀ ਉਹਦੇ ਕਲਾਸਰੂਮਸ ਵਿੱਚ ਸਿਰਫ 6 ਬੱਚੇ ਬੈਠਣੇ ਆ ਕਰਕੇ ਉਹਦਾ ਕਲਾਸਰੂਮ ਇਸ স্মੋਲ ਸੋਸ਼ਲ ਡਿਸਟੈਂਸਿੰਗ ਨਾਲ ਆ ਹਾਈ ਕਰ ਹੋਣਾ ਆ ਸੋ ਇਹ ਪੇਰੈਂਟਸ ਨੂੰ ਡਿਸੀਜਨ ਬਣਾਉਣਾ ਪੈਣਾ ਆ ਪੇਰੈਂਟਸ ਕੋ ਚੋਇਸ ਹੈਗੀ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਹੁਣ ਵਾਪਸ ਭੇਜਣਾ ਕਰਕੇ ਜਾਂ ਅਸੀਂ ਥੋੜਾ ਜਿਹਾ ਵੇਟ ਕਰਨਾ ਆ ਇਹ ਹਰੇਕ ਪੇਰੈਂਟ ਨੂੰ ਆਪਣੀ ਅਸੈਸਮੈਂਟ ਕਰਨੀ ਪੈਣੀ ਆ ਪਰ ਸਕੂਲ ਖੁਦ ਜਾਣੇ ਆ ਸਕੂਲਾਂ ਦੀ ਸਫਾਈ ਵੀ ਕਾਫੀ ਹੋ ਰਹੀ ਆ ਇੰਤਜ਼ਾਮ ਵੀ ਹੋਏ ਆ ਤੇ ਫੇਰ ਵੀ ਜਿਹੜੇ ਟੀਚਰਸ ਹੈਗੇ ਆ ਤਾਂ ਜਿਹੜਾ ਉੱਥੇ ਸਟਾਫ ਕੰਮ ਕਰਦਾ ਆ ਸਾਰਿਆਂ ਨੂੰ ਗਾਈਡਲਾਈਨਸ ਫਾਲੋ ਕਰਨੇ ਪੈਣੇ ਆ ਪਰ ਮੈਂ ਪੇਰੈਂਟਸ ਦਾ ਦਰ ਸਮਝਦੀ ਆ ਪਰ ਸਾਡੇ ਜਿਹੜੇ ਐਮਐਲਏ ਹੈਗੇ ਜਿਨ੍ਹਾਂ ਦੇ ਬੱਚੇ ਛੋਟੇ ਹੈਗੇ ਉਹਨਾਂ ਨੇ ਤਾਂ ਸਕੂਲ ਨੂੰ ਚੱਲ ਜਾਣਾ ਮੇਰੇ ਬੱਚੇ ਤਾਂ ਨਹੀਂ ਛੋਟੇ ਇਸ ਕਰਕੇ ਮੈਂ ਨਹੀਂ ਕਹਿ ਸਕਦੀ ਉਹ ਵੀ ਜਾਣਗੇ ਪਰ ਇਹ ਡਿਸੀਜਨ ਪੇਰੈਂਟਸ ਨੂੰ ਬਣਾਉਣਾ ਚਾਹੀਦਾ ਆ ਤੇ ਜਿਹੜੇ ਸਕੂਲਿੰਗ ਉਹਨਾਂ ਨੂੰ ਹੁਣ ਸਪੋਰਟ ਮਿਲ ਰਹੀ ਆ ਆਨਲਾਈਨ ਉਹ ਆਨਲਾਈਨ ਫੇਰ ਵੀ ਮਿਲੂਗੀ ਬਿਸ਼ੱਕ ਦੀ ਸਕੂਲ ਖੁੱਲੇ ਆ ਸਾਨੂੰ ਪਤਾ ਸਾਰੇ ਬੱਚੇ ਇੱਕਦਮ ਨਹੀਂ ਵਾਪਸ ਸਕੂਲ ਜਾ ਸਕਦੇ ਕਿਉਂਕਿ ਇਹ ਮਾਹੌਲ ਬਹੁਤ ਦੁਨੀਆ ਬਦਲ ਗਈ ਆ ਦੁਨੀਆ ਬਦਲ ਗਈ ਹੈ ਜਿਸ ਤਰੀਕੇ ਦੇ ਨਾਲ ਅਸੀਂ ਪੜ੍ਹਾਈ ਕਰਦੇ ਹਾਂ ਉਹ ਵੀ ਬਦਲ ਗਿਆ ਜਿਸ ਤਰੀਕੇ ਦੇ ਨਾਲ ਅਸੀਂ ਰੈਸਟੋਰੈਂਟਸ ਚਾਣਾ ਉਹ ਵੀ ਬਦਲ ਗਿਆ ਹੈ ਇਸ ਕਰਕੇ ਬੱਚੇ ਸਾਨੂੰ ਬਹੁਤ ਅਜ਼ੀਜ਼ ਹੈਗੇ ਆ ਤੇ ਮੈਨੂੰ ਪੂਰਾ ਇਤਵਾਰ ਹੈਗਾ ਆ ਵੀ ਪੂਰਾ ਧਿਆਨ ਰੱਖਿਆ ਜਾਊਗਾ ਤੇ ਮੋਨਿਟਰਿੰਗ ਵੀ ਹੋਊਗੀ ਜਿਨੇ ਐਸ ਵੀ ਨੋ ਕਿ ਬੀਸੀ ਇਜ਼ ਦ ਫਰਸਟ ਪ੍ਰੋਵਿੰਸ ਜਿਨੇ ਇਹ ਸਭ ਤੋਂ ਪਹਿਲਾਂ ਐਲਾਨ ਕੀਤਾ ਸੀਗਾ ਕਿ ਜਿਹੜਾ ਵੀ ਕੋਈ ਬੀਸੀ ਦੇ ਵਿੱਚ ਆ ਰਿਹਾ ਹੈਗਾ ਟਰੈਵਲ ਕਰਕੇ ਆ ਰਿਹਾ ਹੈਗਾ ਉਹਨੂੰ ਕੁਆਰੰਟੀਨ ਕਰਨਾ ਪੈਣਾ 14 ਦਿਨਾਂ ਦੇ ਲਈ ਤੇ ਉਸ ਤੋਂ ਬਾਅਦ ਫੈਡਰਲ ਗਵਰਨਮੈਂਟ ਨੇ ਕਿਹਾ ਸੀ ਕਿ ਉਹਨੂੰ ਕੁਆਰੰਟੀਨ ਕਰਕੇ ਤੇ ਨਾਲ ਪਲਾਨ ਸਬਮਿਟ ਕਰਨਾ ਪੈਣਾ ਹੈਗਾ ਆ ਕਿ ਸਾਡਾ ਕੀ ਪਲਾਨ ਹੈਗਾ ਜੇ ਅਸੀਂ ਕੁਆਰੰਟੀਨ ਦੇ ਲਈ ਵਾਪਸ ਆ ਰਹੇ ਹਾਂ ਸੋ ਕਿੰਨੇ ਲੋਕ ਬੀਸੀ ਦੇ ਵਿੱਚ ਆ ਚੁੱਕੇ ਨੇ ਆ ਮੇ ਕੋ ਐਗਜੈਕਟ ਨੰਬਰ ਹੈ ਨਹੀਂ ਪਰ ਮੈਂ ਤੁਹਾਨੂੰ ਪੇਜ ਦਉਂਗੀ ਮੈਂ ਕੱਲ ਪਾਇਆ ਸੀ ਆਪਣੀ ਫੇਸਬੁੱਕ ਤੇ ਪਰ ਯਾਦ ਨਹੀਂ ਆਉਂਦਾ ਹੁਣ ਕਾਫੀ ਲੋਕ 20000 ਤੋਂ ਉੱਪਰ ਲੋਕ 에ਰਪੋਰਟ ਤੇ ਆਏ ਆ ਥਰੂ ਫਲਾਈਟ ਇਹ ਬਾਕੀ ਵਿਜ਼ਿਟ ਕਰਨਾ ਨਹੀਂ ਹੁੰਦੇ ਇਹ ਹੈਗੇ ਆ ਜਿਹੜੇ ਇੱਥੇ ਰਹਿਣ ਵਾਲੇ ਸਿਟੀਜ਼ਨਸ ਆ ਰੀਪਾਟਰੀਏਸ਼ਨ ਹੋ ਰਹੀ ਆ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਬਾਰਡਰ ਤੇ ਹੀ ਜਾਂ ਤਾਂ ਸੈਲਫ ਆਈਸੋਲੇਸ਼ਨ ਪਲਾਨ ਪ੍ਰੀਜ਼ੈਂਟ ਕਰਨਾ ਪੈਂਦਾ ਆ ਜਿਉਂ ਨਾ ਕੋ ਹੈ ਨਹੀਂ ਜਿਹਦੇ ਨਾਲ ਵੀ ਸਾਰਿਆਂ ਨੂੰ ਹੋਵੇ ਵੀ ਇਹ ਕਰ ਸਕਦੇ ਆ ਫਿਰ ਉਹਨਾਂ ਨੂੰ ਕੁਆਰੰਟੇਨ ਵਿੱਚ ਲੈ ਜਾਂਦੇ ਆ ਇਸ ਵਕਤ ਮੈਨੂੰ ਲੱਗਦਾ ਆ 100 ਤੋਂ ਉੱਪਰ ਬੰਦਾ ਕੁਆਰੰਟੇਨ ਵਿੱਚ ਬੈਠਾ ਆ ਪਰ ਬਾਕੀ ਜਿਹੜੇ ਆਉਂਦੇ ਆ ਉਹਨਾਂ ਦੇ ਕੋ ਗੁੱਡ ਸੈਲਫ ਆਈਸੋਲੇਸ਼ਨ ਪਲਾਨ ਹੁੰਦੇ ਆ ਜਿਹੜੇ ਘਰ ਸੈਲਫ ਆਈਸੋਲੇਟ ਕਰਦੇ ਆ ਉਹਨਾਂ ਦੇ ਨੂੰ ਫੋਨ ਵੀ ਜਾਂਦੇ ਆ ਇਨਸਪੈਕਸ਼ਨ ਵੀ ਹੁੰਦੇ ਆ ਸਰਪ੍ਰਾਈਜ਼ ਵਿਜ਼ਿਟਸ ਵੀ ਹੁੰਦੇ ਆ ਵੀ ਘਰੇ ਬੈਠੇ ਆ ਦੇਖੋ ਇਹ ਖੇਲ ਨਹੀਂ ਗਈ ਹੈਗੀ ਇਹ ਬਹੁਤ ਹੀ ਖਤਰਨਾਕ ਚੀਜ਼ ਹੈਗੀ ਆ ਇਸ ਕਰਕੇ ਸਾਨੂੰ ਧਿਆਨ ਦੇਣਾ ਪੈਣਾ ਆ ਇੱਕ ਵਾਰੀ ਫੇਰ ਡਾਕਟਰ ਬੋਨੀ ਹੈਨਰੀ ਮਿਨਿਸਟਰ ਐਟਰੀ ਐਂਡ ਡਿਕਸ ਤੇ ਪ੍ਰੀਮੀਅਰ ਦਾ ਬਹੁਤ ਬਹੁਤ ਧੰਨਵਾਦ ਵੀ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਫੈਡਰਲ ਤੇ ਤੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਵੀ ਲਾਗੂ ਕਰ ਦਿੱਤਾ ਆ ਪਰ ਅਸੀਂ ਸਾਡਾ ਸਟਾਫ ਹਾਲੇ ਵੀ 에ਰਪੋਰਟ ਤੇ ਜਾ ਕੇ ਮੇਕ ਸ਼ੋਰ ਕਰਦਾ ਵੀ ਜਿਹੜੇ ਵੀ ਸੀ ਵਿੱਚ ਆਉਂਦੇ ਆ ਉਹਨਾਂ ਨੂੰ ਐਨ ਸਖਤ ਕੁਆਰੰਟਾਈਨਿੰਗ ਕਿ ਤੇ ਲੈਜਿਸਲੇਚਰ ਦੁਬਾਰਾ ਰੀਜ਼ਿਊਮ ਹੋਣ ਜਾ ਰਿਹਾ ਹੈਗਾ 22 ਆਫ ਜੂਨ ਤੋਂ ਆਰ ਯੂ ਐਕਸਾਈਟਿਡ ਅਬਾਊਟ ਇ? ਆ ਯਾ ਆ ਮੈਂ 23 ਨੂੰ ਹੋ ਜਾਣਾ ਆ ਤੇ ਦੇਖੋ ਕੰਮ ਤਾਂ ਅਸੀਂ ਘਰ ਵੀ ਕਰਦੇ ਸੀ ਕਈ ਦਿਨ ਤਾਂ ਤੁਹਾਨੂੰ ਪਤਾ ਜਦੋਂ ਪਹਿਲਾਂ ਹੋਇਆ ਸੀ ਸ਼ੁਰੂ ਸਾਰੇ ਘਰ ਹੀ ਸੀਗੇ ਤੇ ਉਦੋਂ ਤਾਂ ਨਾ ਵਾਲੀ ਵੀ ਆ ਕੱਪੜਿਆਂ ਦੀ ਲੋਡ ਹੁੰਦੀ ਸੀਗੀ ਵੀ ਆਊਟ ਆਫ ਕਲੋਥ ਤੇ ਕੰਮ ਕਰੀ ਜਾਂਦੇ ਸੀ ਫੋਨਾਂ ਤੇ ਫਿਰ ਥੋੜਾ ਜ਼ੂਮ ਆ ਗਿਆ ਫਿਰ ਥੋੜਾ ਫਿਰ ਕੱਪੜਿਆਂ ਵੱਲ ਨੂੰ ਧਿਆਨ ਦੇਣਾ ਪੈ ਗਿਆ ਫਿਰ ਹੁਣ ਥੋੜੇ ਹਫ਼ਤੇ ਹੋ ਗਏ ਐ ਅਸੀਂ ਬਾਹਰ ਵੀ ਜਾਂਦੀ ਮੈਂ ਆਪਣੇ ਆਫਿਸ ਤਾਂ ਆਉਂਦੀ ਰਹਿੰਦੀ ਆ ਨਾ ਆਫਿਸ ਉਦਾਂ ਬੰਦ ਦਿਆ ਪਰ ਮੇਰਾ ਸਟਾਫ ਕੰਮ ਕਰ ਰਿਹਾ ਆ ਉਹ ਫੋਨ ਤੇ ਤੇ ਆਨਲਾਈਨ ਕੰਮ ਕਰਦੇ ਆ ਤੇ ਇਸ ਕਰਕੇ ਹੁਣ ਵੀ ਥੋੜਾ ਜਦੋਂ ਦਰਵਾਜ਼ੇ ਖੁੱਲ੍ਹੇ ਜਾਂਦੇ ਆ ਇਤਿਬਾਰ ਵੀ ਜਾਇਦਾ ਹੁਣ ਲੈਜਿਸਲੇਚਰ ਵੀ ਖੁੱਲ ਜਾਣਾ ਆ ਬਾਜੀ ਵੇਲੇ ਇਦਾਂ ਲੱਗਦਾ ਵੀ ਜਿੱਦਾਂ ਸਕੂਲ ਵਾਪਸ ਖੁੱਲਣ ਲੱਗੇ ਆ ਨਾ ਉਹ ਐਕਸਾਈਟਮੈਂਟ ਆ ਜਾਂਦੀ ਆ ਫਰ ਲੈਜਿਸਲੇਚਰ ਸੋ ਪ੍ਰੀਮੀਅਰ ਨੇ ਕਹਿ ਸੀਗਾ ਕਿ ਕੁਝ ਜਿਹੜੇ ਐਮ ਐਲ ਏਜ਼ ਨੇ ਉਹ ਇਨ ਪਰਸਨ ਚਾਣਗੇ ਪਰ ਜਿਹੜੇ ਨਹੀਂ ਆ ਸਕਦੇ ਉਹ ਫਿਰ ਵੀ ਵਰਚੁਅਲ ਤੌਰ ਦੇ ਉੱਤੇ ਕੰਮ ਕਰਨਗੇ ਸੋ ਸਭ ਤੋਂ ਪਹਿਲੀ ਕਿਹੜੀ ਚੀਜ਼ ਹੋਣ ਵਾਲੀ ਆ ਜਦੋਂ ਤੁਸੀਂ ਵਾਪਸ ਜਾਣਾ ਹੈਗਾ ਲੈਜਿਸਲੇਚਰ ਦੇ ਵਿੱਚ ਦੇਖੋ ਜਿਹੜਾ ਲੈਜਿਸਲੇਟਿਵ ਅਜੈਂਡਾ ਸਾਡਾ ਪਹਿਲਾਂ ਸੀਗਾ ਉਹ ਹੀ ਰਹੂਗਾ ਤੇ ਬਹੁਤ ਸਾਰੇ ਕੰਮ ਕਰਨ ਵਾਲੇ ਹੈਗੇ ਆ ਤੇ ਪਹਿਲੇ ਦਿਨ ਤਾਂ ਵੀ ਇਹ ਵੀ ਡਿਸਾਈਡ ਕਰਨਾ ਪੈਣਾ ਵੀ ਜਦਾ ਨਵੇਂ ਤਰੀਕੇ ਨਾਲ ਪਾਰਲਮੈਂਟ ਚੱਲਣੀ ਆ ਕਰਕੇ ਸਾਰੇ ਅੰਦਰ ਨਹੀਂ ਬੈਠ ਸਕਦੇ ਜਿਨ੍ਹਾਂ ਨੇ ਲੈਜਿਸਲੇਚਰ ਦੇਖਿਆ ਉਹਨਾਂ ਨੇ ਦੇਖਿਆ ਵੀ ਉੱਥੇ ਕਿੱਦਾਂ ਤੁਸੀਂ ਇੰਨੇ ਸਾਰਿਆਂ ਨੂੰ ਬਿਠਾ ਲੋਗੇ ਰਾਈਟ ਜੀ ਸੋ ਕਈਆਂ ਨੇ ਅੰਦਰ ਬੈਠੇ ਹੋਣਾ ਕਈਆਂ ਨੇ ਆਪਣੇ ਆਫਿਸ ਵਿੱਚ ਬੈਠੇ ਹੋਣਾ ਕਈਆਂ ਨੇ ਆਪਣੇ ਘਰ ਬੈਠੇ ਹੋਣਾ ਆਫਿਸ ਉੱਥੇ ਵਿਕਟੋਰੀਆ ਵੀ ਹੈਗੇ ਆ ਇੱਥੇ ਵੀ ਹੈਗੇ ਆ ਇਹ ਸਾਨੂੰ ਹਾਲੇ ਪਤਾ ਨਹੀਂ ਵੀ ਮੈਂ ਕਿੱਥੇ ਹੋਣਾ ਆ ਵੀ ਕਿਹੜੇ ਹਫ਼ਤੇ ਮੈਨੂੰ ਲੱਗਦਾ ਵੀ ਸਾਨੂੰ ਬਾਰੋ-ਬਾਰੀ ਉੱਥੇ ਲੈ ਕੇ ਜਾਣਗੇ ਵੀ ਜਿਹੜਾ ਇੱਕ ਹਫ਼ਤੇ ਲਈ ਚੱਲ ਗਿਆ ਉਹ ਉੱਥੇ ਹੀ ਰਹਿਣਗੇ ਤੇ ਫਿਰ ਆਉਂਦੇ ਹਫ਼ਤੇ ਹੋਰ ਗਰੁੱਪ ਨੂੰ ਭੇਜ ਦੇਣਗੇ ਅ ਵਰਚੁਅਲ ਟਾਊਨ ਹਾਲ ਵੀ ਹੋ ਰਿਹਾ ਹੈਗੇ ਆ ਤੇ ਨਾਲ-ਨਾਲ ਤੁਸੀਂ ਵਰਚੁਅਲ ਤੌਰ ਤੇ ਉੱਤੇ ਆਪਣੇ ਜੋ ਕੰਸਟੀਟੂਐਂਸੀ ਦੇ ਲੋਕ ਹੈਗੇ ਆ ਉਹਨਾਂ ਦੇ ਨਾਲ ਵੀ ਗੱਲ ਕਰ ਰਹੇ ਹੈਗੇ ਆ ਉਹਨਾਂ ਦੀਆਂ ਜੋ ਮੁਸ਼ਕਲਾਂ ਨੇ ਜੋ ਜੋ ਉਹਨਾਂ ਨੂੰ ਕੁਝ ਵੀ ਕੁਐਸਚਨ ਹੈਗੇ ਉਹਦੇ ਆਨਸਰ ਦੇ ਰਹੇ ਹੈਗੇ ਆ ਸੋ ਤੁਹਾਨੂੰ ਸਾਮਣੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਆ ਰਹੀ ਹੈ ਜਿਨ੍ਹਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਕਿਹੜਾ ਕੁਐਸਚਨ ਹੈਗਾ ਹੈ ਜਿਹੜਾ ਵਾਰ-ਵਾਰ ਲੋਕਾਂ ਦੁਆਰਾ ਪੁੱਛਿਆ ਜਾਂਦਾ ਦੇਖੋ ਬਹੁਤ ਸਾਰੇ ਕੁਐਸਚਨਸ ਹੈਗੇ ਆ ਨੰਬਰ 1 ਹੈਗਾ ਵੀ ਲੋਕ ਵਜੇ ਵੇਲੇ ਸਮਝਦੇ ਨਹੀਂ ਵੀ ਪਵੰਦਕਾਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਆ ਜਾਂ ਫੋਨ ਕਾਲਸ ਬਹੁਤ ਆਉਂਦੇ ਜਿਹੜੀਆਂ ਵੀ ਸੂਹੁਰਤਾ ਫੈਡਰਲ ਜਾਂ ਪ੍ਰਵੀਸ਼ਲ ਦੇ ਦਿੱਤੀਆਂ ਉਹ ਕੀ ਆ ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਉਹ ਸਾਡਾ ਗਵੰਡੀ ਆਇਆ ਸੀ ਉੱਥੇ ਚੱਲ ਗਿਆ ਸੀ ਉਹ ਵੀ ਫੋਨ ਕਰ ਲੈਂਦੇ ਆ ਰਾਈਟ ਸੋ ਬਟ ਲੋਕਾਂ ਦੇ ਵਿੱਚ ਜਿਹੜੇ ਰੈਂਟਰਸ ਹੈਗੇ ਆ ਐਸਪੈਸ਼ਲੀ ਸਰੀ ਇਲਾਕੇ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਮੈਂ ਕਹਿ ਸਕਦੀ ਸਰੀ ਪੈਨੋਰਾਮਾ ਦੇ ਵਿੱਚ ਲੈਂਡ ਲੋਰਡਸ ਦੇ ਬਹੁਤ ਫੋਨ ਆਉਂਦੇ ਆ ਕਰਕੇ ਉਹ ਕਹਿੰਦੇ ਵੀ ਅਸੀਂ ਐਵਿਕਸ਼ਨ ਨਹੀਂ ਕਰ ਸਕਦੇ ਪਰ ਕਈ ਹੈਗੇ ਆ ਵੀ ਜਿਹੜੇ ਕੰਮ ਵੀ ਕਰਦੇ ਆ ਤੇ ਸਾਨੂੰ ਸਾਡਾ ਕਿਰਾਇਆ ਵੀ ਨਹੀਂ ਦੇ ਰਹਾ ਉਧਰੋਂ ਲੈਂਡ ਲੋਰਡਸ ਤੋਂ ਐ ਟੈਨੈਂਟਸ ਤੋਂ ਵੀ ਆਉਂਦੇ ਆ ਕਹਿੰਦੇ ਆ ਵੀ ਸਾਡਾ ਲੈਂਡ ਲੋਰਡ ਅਪਲਾਈ ਕਰ ਸਕਦਾ ਆ ਅਸਿਸਟੈਂਸ ਲਈ ਪਰ ਕਰ ਨਹੀਂ ਰਹੀਆ ਤੇ ਕਈਆਂ ਦੇ ਮੈਡੀਕਲ ਇਸ਼ੂਸ ਹੁੰਦੇ ਆ ਉਹਨਾਂ ਦੇ ਵੀ ਆਉਂਦੇ ਆ ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਿਸਟਮ ਨੂੰ ਕਿਦਾਂ ਸਟੇਅਰ ਕਰੀਏ ਅਸੀਂ ਜ਼ੂਮ ਮੀਟਿੰਗਸ ਕੀਤੀਆਂ ਡਿਫਰੈਂਟ ਗਰੁੱਪਸ ਦੇ ਨਾਲ ਆਪਣੇ ਐਸਐਫਯੂ ਡਾਰ ਕੀਤੀ ਸੀ ਪਿਛਲੇ ਹਫਤੇ ਇੰਸ਼ੋਰੈਂਸ ਬਰੋਕਰਸ ਨਾਲ ਵੀ ਕਰ ਹਟੇ ਆ ਜ਼ੂਮ ਮੀਟਿੰਗਸ ਤਾਂ ਚੱਲਦੀਆਂ ਹੀ ਰਹਿੰਦੀਆਂ ਆ ਜਾਂ ਅਸੀਂ ਖੱਲਾ ਖੱਲਾ ਐਮਐਲਏ ਕਰਦਾ ਆ ਜਾਂ ਅਸੀਂ ਸਾਰੇ ਇਕੱਠੇ ਹੋ ਕੇ ਕਰ ਲਈਂਦਿਆਂ ਆ ਤੇ ਬਾਕੀ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਗੱਲਬਾਤ ਪਹੁੰਚਣ ਦੀ ਕੋਸ਼ਿਸ਼ ਕਰੀ ਦੀ ਆ ਪਰ ਇਸ ਵਕਤ ਨੰਬਰ 1 ਇਸ਼ੂ ਕਾਫੀ ਪੈਰੈਂਟਸ ਦੇ ਫੋਨ ਆ ਰਹੇ ਆ ਉਹ ਵੀ ਜਿੱਦਾ ਦੁਨੀਆ ਦੇ ਵਿੱਚੋਂ ਆਉਂਦੇ ਆ ਇੱਕ ਤਾਂ ਪੈਰੈਂਟ ਜਿਹੜੇ ਇੰਨੇ ਖੁਸ਼ੀਆ ਵੀ ਸਕੂਲ ਖੁੱਲਣ ਲੱਗੇ ਆ ਤੁਸੀਂ ਕਹਿ ਨਹੀਂ ਸਕਦੇ ਕਹਿੰਦੇ ਸਾਡੇ ਬੱਚੇ ਵੀ ਖੁਸ਼ ਆ ਅਸੀਂ ਵੀ ਖੁਸ਼ ਆ ਇੱਕ ਗਰੁੱਪ ਹੈਗਾ ਜਿੱਥੇ ਪੇਰੈਂਟਸ ਐਂਡ ਸਮ ਟੀਚਰਸ ਟੂ ਐਂਡ ਸਮ ਸਪੋਰਟ ਸਟਾਫ ਉਹਨਾਂ ਦੇ ਆਉਂਦੇ ਆ ਵੀ ਆਪਾਂ ਥੋੜੀ ਜਲਦਬਾਜ਼ੀ ਜਿਹੀ ਤਾਂ ਨਹੀਂ ਕਰ ਰਹਾ ਉਹਨਾਂ ਕੋ ਕਨਸਰਨਸ ਹੈਗੇ ਆ ਅਸੀਂ ਦੋਨਾਂ ਨੂੰ ਸੁਣੀਦਾ ਤੇ ਦੋਨਾਂ ਦੇ ਕੋਲ ਆਪਸ਼ਨਸ ਹੈਗੇ ਆ ਰਾਈਟ ਸੋ ਦੇਖੋ ਆਪਾਂ ਸਦਾ ਤਬੰਦ ਨਹੀਂ ਰਹਿ ਨਹੀਂ ਸਕਦੇ ਨਜ਼ਰ ਵਿੱਚ ਹੈਨੀ ਵੀ ਕਦੋਂ ਤੱਕ ਇਹ ਵੈਕਸੀਨ ਆਊਗੀ ਸੋ ਇਸ ਕਰਕੇ ਆਪਾਂ ਨੂੰ ਇਸ ਵਾਇਰਸ ਦੇ ਨਾਲ ਪਰੇਜ ਰੱਖ ਕੇ ਰਹਿਣਾ ਪੈਣਾ ਬਹੁਤ ਸਾਰੇ ਵਾਇਰਸ ਹੈਗੇ ਜਿਨ੍ਹਾਂ ਦੇ ਨਾਲ ਆਪਾਂ ਰਹਿਣ ਨੂੰ ਗਿੱਜ ਗਏ ਆ ਇਸ ਵਾਇਰਸ ਨਾਲ ਵੀ ਜਿੱਨਾ ਚੱਕਰ ਨਹੀਂ ਮਿਲਦੀ ਪਰੇਜ ਰੱਖੋ ਪਰ ਤੁਸੀਂ ਜਿਹੜੀ ਗਾਈਡਲਾਈਨ ਉਹਨਾਂ ਨੂੰ ਫੋਲੋ ਕਰਦੇ ਰਹੋ ਸੋ ਕੰਮ ਜਿਹੜੇ ਖੋਲ ਖੁੱਲ ਰਹੇ ਨੇ ਰੈਸਟੋਰੈਂਟ ਖੁੱਲ ਰਹੇ ਨੇ ਵਰਕ ਸੇਫ ਬੀਸੀ ਉਹਨਾਂ ਦੇ ਨਾਲ ਕੰਮ ਕਰ ਰਿਹਾ ਹੈਗਾ ਸੋ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਵੀ ਆਰ ਇਨ ਨਿਊ ਨੋਰਮਲ ਤੇ ਅਸੀਂ ਉਹਨਾਂ ਦੀ ਸਪੋਰਟ ਕਰੀਏ ਮੈਂ ਤਾਂ ਕਹਿੰਨੀ ਆ ਰੈਸਟੋਰੈਂਟਸ ਨੂੰ ਜ਼ਰੂਰ ਜਾਵੋ ਜਾਂ ਠੇਕ ਹੋਮ ਆਰਡਰ ਕਰੋ ਆ ਬਾਕੀ ਬਿਜ਼ਨੈਸਸਿਸ ਨੂੰ ਵੀ ਸਪੋਰਟ ਕਰੋ ਜੇ ਤੁਸੀਂ ਕਰ ਸਕਦੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਆਪਣੇ ਆਪ ਨੂੰ ਤੇ ਆਪਣਾ ਜਿਹੜਾ ਤੁਹਾਡਾ ਬੱਬਲ ਆ ਤੁਹਾਡੀ ਪ੍ਰਾਇਮਰੀ ਰਿਸਪੌਂਸਿਬਿਲਟੀ ਹੈਗੀ ਆ ਉਹਨੂੰ ਸੇਫ ਰੱਖਣ ਨੂੰ ਜੇ ਤੁਹਾਡੀ ਸਿਹਤ ਠੀਕ ਆ ਹੁਣ ਠੀਕ ਸਮਾਂ ਹੈਗਾ ਕੰਮ ਵਾਪਸ ਚੜ੍ਹਨ ਦਾ ਫਿਰ ਇਹ ਨਾ ਸੋਚੋ ਵੀ ਮੈਨੂੰ 2000 ਆ ਜਾਣਾ ਮੈਨੂੰ ਇੱਥੋਂ ਆ ਜਾਂਦਾ ਆ ਵੀ ਮੈਂ ਨਹੀਂ ਜਾਣਾ ਮੈਂ ਕਹਿੰਨੀ ਆ ਵੀ ਜਦੋਂ ਆ ਬਾਇ ਅਸਰ ਖੁਸ਼ ਖਤਮ ਹੋ ਗਿਆ ਕਈ ਜਗ੍ਹਾ ਹੈਗੀਆਂ ਜੇ ਉਹਨਾਂ ਨੇ ਹੋਰ ਤੁਹਾਡੇ ਕੋਈ ਥਾਂ ਰੱਖ ਲਿਆ ਹੂੰ ਜੇ ਤੁਸੀਂ ਨਹੀਂ ਕੰਮਤੇ ਗਏ ਜਦੋਂ ਉਹਨ ਸੁਧਾਰ ਰੌਣ ਲੱਗ ਪਿਆ ਆ ਫਿਰ ਉਹਨਾਂ ਨੇ ਉਹਨਾਂ ਨੂੰ ਤਾਂ ਕੱਢ ਕੇ ਤੁਹਾਨੂੰ ਮੁੜ ਕੇ ਸੱੜਣਾ ਨਹੀਂ ਹੂੰ ਸੋ ਇਸ ਕਰਕੇ ਬੀ ਕੇਅਰਫੁਲ ਲੁੱਕ ਆਫਟਰ ਯਰ ਫੈਮਿਲੀ but take the precautions that dr henry tells us and bilkul anxiety level jehda huga saryan de different different huga ya kise nu kat anxiety hundi hai be honda be chalo khul gaya sara kuch kise nu bahut zyada dar lagda huga ya so sanu guidelines nu follow karna chahida thank you once again tuhada ki tusi hamesha aunde ha te sanu update dinde ha ki bc government ki kar rahi hai hopefully legislature dobara khul rha huga hopefully ki asi dobara back on track aa jawange te economy hai jehdi dobara boom karan lag jao gi sab khush ho jana ਦੇਖੋ ਲਾਈਫ ਦੇ ਵਿੱਚ ਆਪਣੀ ਹਿਸਟਰੀ ਵਲ ਦੇਖੋ ਬਹੁਤ ਵੱਡੇ ਦਿਨ ਆਏ ਆ ਪੈਂਡੈਮਿਕ ਆਇਆ ਫਲਡਸ ਆਇਆ ਫਾਇਰਸ ਆਇਆ ਗੇ ਵਾਇਰਸ ਵੀ ਆਇਆ ਆ ਵਰਲਡ ਵਾਰ ਵੀ ਆਇਆ ਮੈਨੂੰ ਪੂਰੀ ਵਿਸ਼ਵਾਸ ਹੈਗਾ ਇਨਸਾਨ ਦੇ ਵਿੱਚ ਵੀ ਅਸੀਂ ਫੇਰ ਵੀ ਅੱਗੇ ਚੱਲ ਜਾਈਦਾ ਪਰ ਆਪਣਾ ਸੁਧਾਰ ਰੱਖ ਕੇ ਸਾਰਿਆਂ ਦੇ ਮੋਰੇ ਇੱਕ ਵਾਰੀ ਫੇਰ ਬੇਨਤੀ ਇਹ ਵਾਇਰਸ ਇੱਥੇ ਹੀ ਹੈਗਾ ਆ ਕਿਤੇ ਗਿਆ ਨਹੀਂ ਇਹਦਾ ਕੋਈ ਹੱਲੇ ਤੱਕ ਇਰਾਜ ਨਹੀਂ ਮਿਲਿਆ ਇਸ ਕਰਕੇ ਪਲੀਜ਼ ਪਲੀਜ਼ ਆਪਣਾ ਪ੍ਰੇਅਰ ਚ ਰੱਖੋ ਥੈਂਕ ਯੂ ਸੋ ਮਚ ਵਾਂਸ ਅਗੇਨ ਥੈਂਕ ਯੂ ਜੀ ਸੋ ਜੋ ਪ੍ਰਾਇਮਰੀ ਕੇਅਰ ਯੂਨਿਟ ਹੈਗਾ ਆ ਉਹ ਖੁੱਲ ਚੁੱਕਿਆ ਆਲਰੇਡੀ ਸੋ ਜੋ 68th ਕੀng ਜਾਰਜ ਬੋਲੇਵਰਡ ਤੇ ਹੈਗਾ ਆ ਜੇ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਫੈਮਿਲੀ ਡਾਕਟਰ ਨਹੀਂ ਹੈਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਆ ਜੇ ਤੁਹਾਨੂੰ ਕੋਈ ਵੀ ਹੈਲਥ ਪ੍ਰੋਬਲਮ ਹੈਗੀ ਆ ਪਰ ਜੇ ਐਮਰਜੈਂਸੀ ਆ ਤਾਂ ਜਰੂਰ ਤੁਸੀਂ ਐਮਰਜੈਂਸੀ ਵਾਰਡ ਦੇ ਵਿੱਚ ਹਸਪੀਟਲ ਨੂੰ ਵਿਜ਼ਿਟ ਕਰੋ ਪਰ ਜੇ ਤੁਹਾਨੂੰ ਮਾਈਨਰ ਕੋਈ ਵੀ ਹੈਲਥ ਦੇ ਰਿਲੇਟਿਡ ਕੋਈ ਵੀ ਇਸ਼ੂ ਹੈਗਾ ਆ ਤਾਂ ਤੁਸੀਂ ਇਸ ਜਿਹੜਾ ਕੇਅਰ ਯੂਨਿਟ ਹੈ ਇੱਥੇ ਵਿਜ਼ਿਟ ਕਰ ਸਕਦੇ ਆ ਜਿਹੜੇ ਜਿਹਦੇ ਆਵਰਸ ਹੋਣ ਘੱਟ ਨੇ ਪਰ ਜੁਲਾਈ ਦੇ ਵਿੱਚ ਇਹ ਪੂਰੀ ਤਰ੍ਹਾਂ ਕੰਮ ਕਰਨ ਲੱਗ ਜੇਗਾ ਦਿਨ ਦੇ ਵਿੱਚ 12 ਘੰਟੇ ਖੁੱਲਾ ਰਹੇਗਾ ਬੀਸੀ ਦੇ ਵਿੱਚ ਹੋਰ ਕੀ ਕੁਝ ਹੋ ਰਿਹਾ ਹੈ ਇਹਦੀਆਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਐਫワイਆਈ ਮੀਡੀਆ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ